ਸਰ ਤੁਹਾਡੇ ਵਾਲਾ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਛੇੜੀ ਹੈਗੀ ਆ ਨਸ਼ਿਆਂ ਦੇ ਖਿਲਾਫ, ਉਹਦੇ ਵਿੱਚ ਅੱਜ ਬਹੁਤ ਵੱਡੀ ਖੰਨਾ ਪੁਲਿਸ ਨੂੰ ਕੱਲ੍ਹ ਕਾਮਯਾਬੀ ਮਿਲੀ ਹੈਗੀ ਹੈ। ਸੀਕ੍ਰੇਟ ਇਨਫੋਰਮੇਸ਼ਨ 'ਤੇ ਅਸੀਂ ਇੱਕ ਪਰਚਾ ਦਿੱਤਾ ਸੀ ਜਿਹਦੇ 'ਚ ਸਾਨੂੰ ਪਤਾ ਲੱਗਿਆ ਕੁਛ ਲੋਕ ਜਿਹੜੇ ਰਾਜਸਥਾਨ ਤੋਂ ਭੁੱਕੀ ਲਿਆ ਕੇ ਕੀ ਆ ਇਲਾਕੇ ਜਾ ਕੇ ਵੇਚਦੇ ਹੈਗੇ ਆ, ਉਹ ਅਸੀਂ ਕਾਬੂ ਕੀਤੇ। ਬੀਜਾ ਰੋਡ ਦੇ ਨਾਲ ਹੀ ਉੱਥੇ ਚੌਂਕ ਦੇ ਨੇੜੇ ਹੀ ਕਾਬੂ ਕੀਤੇ ਅਤੇ ਉਹਨਾਂ ਕੋਲੋਂ 755 ਕਿਲੋ ਟੂ ਬੀ ਐਗਜੈਕਟ ਜਿਹੜੀ ਹੈਗੀ ਭੁੱਕੀ ਉੱਥੋਂ ਬਰਾਮਦ ਕੀਤੀ ਅਸੀਂ। ਸਰ ਕਿੱਥੋਂ ਲੈ ਕੇ ਆ ਰਹੇ ਸੀ? ਆਹ ਰਾਜਸਥਾਨ ਤੋਂ ਲੈ ਕੇ ਆ ਰਹੇ ਹੈਗੇ ਆ। 4 ਬੰਦੇ ਸੀਗੇ, ਉਹ 'ਚੋਂ 2 ਬੰਦੇ ਆਲਰੇਡੀ ਜਿਨ੍ਹਾਂ ਦੇ ਉੱਤੇ ਐੱਨ ਡੀ ਪੀ ਐੱਸ ਦੇ ਮੁਕੱਦਮੇ ਦਰਜ ਸੀਗੇ ਅਤੇ ਇੱਕ ਉਹਦੇ ਵਿੱਚੋਂ ਆਲਰੇਡੀ ਇੱਕ ਪਰੋਲ ਜੰਪਰ ਵੀ ਸੀ ਜਿਹੜਾ ਕਿ ਉੱਥੋਂ ਸਜ਼ਾ ਹੋ ਚੁੱਕਿਆ ਸੀਗਾ ਅਤੇ ਛੁੱਟੀ 'ਤੇ ਆਇਆ ਸੀ ਅਤੇ ਵਾਪਸ ਨਹੀਂ ਗਿਆ ਸੀਗਾ ਅਤੇ ਉਹਨੇ ਪਰੋਲ ਆਪਣੀ ਜਿਹੜੀ ਜੰਪ ਕੀਤੀ ਸੀਗੀ ਉਹ ਵੀ ਵਿੱਚ ਇੰਕਲੂਡਿਡ ਸੀਗਾ। ਅਤੇ 4 ਬੰਦੇ ਆਪਣੇ ਖੰਨੇ ਡਿਸਟ੍ਰਿਕਟ ਦੇ ਹੀ ਰਹਿਣ ਵਾਲੇ ਸੀ, ਇੱਕ ਮਲੌਦ ਦਾ ਸੀਗਾ ਅਤੇ 3 ਸਮਰਾਲੇ ਥਾਣੇ ਦੇ ਰਹਿਣ ਵਾਲੇ ਹੈਗੇ ਆ। ਅਤੇ ਆਹ ਕਾਫੀ ਵੱਡੀ ਮਾਤਰਾ 'ਤੇ ਆ, ਪਿਛਲੇ ਕਾਫੀ ਮਹੀਨਿਆਂ ਤੋਂ ਕੰਮ ਕਰ ਰਹੇ ਸੀਗੇ। ਤਕਰੀਬਨ ਉਹਨਾਂ ਦਾ ਆਹ 10ਵਾਂ 11ਵਾਂ ਗੇੜਾ ਸੀ ਉਹਨਾਂ ਦਾ। ਅੱਜ ਵੀ ਸਪਲਾਈ ਹੈਗੀ ਆ ਉਹ ਖੰਨਾ, ਨਵਾਂਸ਼ਹਿਰ, ਲੁਧਿਆਣਾ, ਜਗਰਾਓਂ ਨਾਲ ਦੇ ਇਲਾਕਿਆਂ ਦੇ ਵਿੱਚ ਇਹਨਾਂ ਦੀ ਸਪਲਾਈ ਕਰਨੀ ਸੀ ਇਸ ਚੀਜ਼ ਦੀ। ਫਿਲਹਾਲ ਤਾਂ ਇੱਕ ਟਰੱਕ ਬਰਾਮਦ ਹੋਇਆ, ਉਹਦੇ ਵਿੱਚੋਂ 755 ਕਿਲੋ ਜਿਹੜੀ ਭੁੱਕੀ ਹੈਗੀ ਆ ਬਰਾਮਦ ਹੋਈ ਹੈਗੀ, ਜਿਹੜੀ ਆ ਰਾਜਸਥਾਨ ਤੋਂ ਲੈ ਕੇ ਆਏ ਸੀਗੇ। ਬਿਲਕੁਲ, ਇਹਨਾਂ 'ਤੇ ਮੁਕੱਦਮੇ ਵੀ ਹੈਗੇ ਆ, ਪਹਿਲਾਂ 'ਤੇ ਸਜ਼ਾ ਵੀ ਹੋ ਚੁੱਕੇ ਆ ਅਤੇ ਆਹ ਤਕਰੀਬਨ ਇਹਨਾਂ ਦੀ ਜਿਹੜੀ ਹੁਣ ਤੱਕ ਦੀ ਜਿਹੜੀ ਪੁੱਛਗਿੱਛ ਆਈ ਆ ਕਿ ਤਕਰੀਬਨ ਇਹਨਾਂ ਦਾ 10 ਗੇੜੇ ਪਹਿਲਾਂ ਲਾ ਚੁੱਕੇ ਸੀਗੇ ਅਤੇ ਇਹਨਾਂ ਦਾ ਆਹ 11ਵਾਂ 12ਵਾਂ ਗੇੜਾ ਸੀ ਇਹਨਾਂ ਦਾ। 11ਵਾਂ ਗੇੜਾ ਸੀ ਇਹਨਾਂ ਦਾ। ਹਾਂਜੀ, ਸਾਰੇ ਟੋਟਲ ਹੈ ਕਿੱਥੋਂ? 3 ਬੰਦੇ ਤੁਹਾਡੇ ਆ ਲੋਪੋ ਪਿੰਡ ਹੈਗਾ, 2 ਉੱਥੇ ਲੋਪੋ ਸਮਰਾਲੇ ਦੇ ਵਿੱਚ ਪੈਂਦਾ ਹੈਗਾ, ਉੱਥੇ ਦੇ ਰਹਿਣ ਵਾਲੇ ਹੈਗੇ ਆ, ਇੱਕ ਮਲੌਦ ਦਾ ਹੈਗਾ ਮੁੰਡਾ। ਉਹੀ ਹੁਣ ਅਸੀਂ ਫਿਲਹਾਲ ਅਸੀਂ ਰਾਤੀ ਹੋਏ ਆ ਅਤੇ ਇਹਨਾਂ ਦੀ ਹੁਣ ਅਸੀਂ ਰਿਮਾਂਡ ਲੈ ਕੇ ਇੰਟੈਰੋਗੇਸ਼ਨ ਕਰਾਂਗੇ। ਉਹਦੇ ਵਿੱਚ ਬਾਕੀ ਜਿਹੜੇ ਬੰਦੇ ਹੈਗੇ ਆ ਜਿਨ੍ਹਾਂ ਦੇ ਨਾਮ ਆਉਣਗੇ, ਜਿਨ੍ਹਾਂ ਨੂੰ ਆਹ ਸਪਲਾਈ ਕਰਦੇ ਹੈਗੇ ਆ, ਉਹਨਾਂ ਨੂੰ ਅਸੀਂ ਨੋਮੀਨੇਟ ਕਰਕੇ ਇਹ 'ਚ ਤਫਤੀਸ਼ ਲੈ ਕੇ ਆਵਾਂਗੇ।